ਜੀ ਮੈਂ ਜਿਹੜੀ ਹੈਗੀ ਅੱਜ ਸਵੇਰੇ ਇੱਥੇ ਜਿਹੜਾ ਹੈਗਾ ਇੱਕ ਇੰਸਪੈਕਸ਼ਨ ਕੀਤੀ ਸੀਗੀ, ਜਿਹਦੇ ਵਿੱਚ ਫੀਡਬੈਕ ਵੀ ਲਿਖਤਾ ਡਾਕਟਰ ਸਾਹਿਬਾਨਾਂ ਤੋਂ, ਮਰੀਜ਼ਾਂ ਤੋਂ ਵੀ, ਕਿ ਉਹਨਾਂ ਨੂੰ ਦਵਾਈਆਂ ਜਿਹੜੀ ਹੈਗੀ ਪੰਜਾਬ ਸਰਕਾਰ ਵੱਲੋਂ ਜਿਹੜੀ ਵੀ ਸਹੂਲਤ ਦਿੱਤੀ ਜਾ ਰਹੀ ਹੈ, ਫ੍ਰੀ ਦਵਾਈ ਹੋ ਗਏ, ਐਕਸਰੇ ਹੋ ਗਏ, ਉਹ ਸਹੂਲਤਾਂ ਮਿਲ ਰਹੀਆਂ ਜਾਂ ਨਹੀਂ, ਜਿਹੜੇ ਮਰੀਜ਼ ਸੀਗੇ ਇੱਥੇ ਉਹਨਾਂ ਵੱਲੋਂ ਜਿਹੜੀ ਹੈਗੀ ਸੰਤੁਸ਼ਟੀ ਪ੍ਰਗਟਾਈ ਗਈ। ਪਲੱਸ ਇਸ ਤੋਂ ਇਲਾਵਾ ਜਿਹੜੇ ਸਰਕਾਰ ਵੱਲੋਂ ਫੰਡ ਸੈਂਕਸ਼ਨਡ ਹੈ, MCH ਹੋਸਪਿਟਲ ਦੀ ਜਿਹੜੀ ਅਪਗ੍ਰੇਡੇਸ਼ਨ ਹੈ, ਉਹ ਵੀ ਕੰਮ ਮੈਂ ਰਿਵਿਊ ਕੀਤਾ ਹੈਗਾ, ਜਿਹਦੇ ਵਿੱਚ ਕੁਝ ਖਾਮੀਆਂ ਮੈਨੂੰ ਦਿਖੀਆਂ, ਸਲੋ ਪੇਸ ਦੇਖਿਆ, ਉਹਦੇ ਤਹਿਤ ਮੈਂ ਕੰਟਰੈਕਟਰ ਦੇ ਨਾਲ ਤੇ ਪਲੱਸ ਮਹਿਕਮੇ ਨਾਲ ਇੱਕ ਮੀਟਿੰਗ ਸੱਦੀ ਹੈਗੀ, ਜਿਸ ਕਰਕੇ ਕੰਮ ਸਮੇਂ ਸਿਰ ਨਿਬੜ ਰਿਹਾ ਸੀ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇੱਕ ਤੇ ਅਸੀਂ ਜਿਹੜਾ ਹੈਗਾ ਪੁਲਿਸ ਦੀ ਸਿਕਿਉਰਿਟੀ ਵਧਾਉਣ ਨੂੰ ਕਿਹਾ ਸੀ, ਐਂਡ ਸੈਕੰਡਲੀ ਜਿਹੜਾ ਹੈ ਉੱਥੇ CCTV ਕੈਮਰੇਜ਼ ਹੈ, ਐਟ ਪ੍ਰੈਜੈਂਟ ਸਾਡੇ ਕੋਲ 75 ਜਿਹੜੇ CCTV ਕੈਮਰਾਜ਼ ਵਰਕ ਕੀਤੇ, ਐਂਡ ਵੀ ਡਿਮਾਂਡਿਡ ਦੈਟ ਜਿਹੜੀ ਇਹਦੀ ਸਟਰੈਂਥ ਆ 150 ਤੱਕ ਜਿਹੜੀ ਹੈਗੀ। ਸਰ ਡਾਕਟਰਾਂ ਦੀ ਕਮੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਕਿ ਮਰੀਜ਼ਾਂ ਨੂੰ ਵੀ ਪਰੇਸ਼ਾਨੀਆਂ ਆਉਂਦੀਆਂ, ਉਸ ਬਾਰੇ ਵੀ ਜਿਹੜਾ ਗੌਰ, ਕਿਹੜੀਆਂ ਕਿਹੜੀਆਂ ਸਰ ਮਿਲਣੀਆਂ ਹਾਲੇ ਤੱਕ, ਜਿਹੜੀਆਂ ਸੁਵਿਧਾਵਾਂ ਹੋਰ ਜ਼ਰੂਰਤ ਹੈ? ਦੇਖੋ, ਸਟਾਫ ਦੀ ਸ਼ੋਰਟੇਜ ਤਾਂ ਹੈਗੀ ਹੈ, ਉਹਦੇ ਬਾਰੇ ਸਾਡੇ ਮੰਤਰੀ ਸਾਹਿਬ ਨੇ ਵੀ ਥੋੜ੍ਹੇ ਦਿਨ ਪਹਿਲਾਂ ਕਿਹਾ, 400 ਡਾਕਟਰਸ ਤੋਂ ਭਰਤੀ ਕਰ ਰਿਹਾ, 400 ਦੀ ਹੋਰ ਜਿਹੜੀ ਹੈਗੀ ਭਰਤੀ ਉਹ ਕੱਢ ਰਹੇ ਹੈਗੇ ਆ,